ਪੈਰ ਹੀ ਅੱਤ ਦੀ ਧੁੰਦ ਵਿੱਚ ਟਰੈਕਟਰ ਟਰਾਲੀ ਹੇਠ ਇੱਕ ਨੌਜਵਾਨ ਆ ਗਿਆ, ਜਿਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਹ ਹਾਦਸਾ ਦੇਰ ਰਾਤ ਵਾਪਰਿਆ ਦੱਸਿਆ ਜਾ ਰਿਹਾ। ਤਸਵੀਰਾਂ ਦਿਲ ਨੂੰ ਦਹਿਲਾ ਦੇਣ ਵਾਲੀਆਂ ਨੇ, ਜੋ ਅਸੀਂ ਤੁਹਾਨੂੰ ਨਹੀਂ ਵਿਖਾ ਸਕਦੇ। ਜਿਸ ਤਰ੍ਹਾਂ ਨਾਲ ਹਾਦਸਾ ਹੋਇਆ ਹੈ, ਤੁਸੀਂ ਟਰੈਕਟਰ ਟਰਾਲੀ ਦੀ ਹਾਲਤ ਆਪ ਹੀ ਵੇਖ ਲਓ। ਤੁਹਾਨੂੰ ਦੱਸ ਦਈਏ ਕਿ ਜਰਨੈਲ ਸਿੰਘ 26 ਪੁੱਤਰ ਸੁਰਜੀਤ ਸਿੰਘ ਨਿਵਾਸੀ ਮਹਿਤਪੁਰ ਤਹਿਸੀਲ ਨੰਗਲ ਆਪਣਾ ਟਰੈਕਟਰ ਟਰਾਲੀ ਚਲਾ ਰਿਹਾ ਸੀ ਕਿ ਅਚਾਨਕ ਪਿੰਡ ਕਾਲੇਵਾਲ ਬੀਤ ਲਾਗੇ ਮੇਨ ਸੜਕ ਉੱਤੇ ਪੈਂਦੇ ਮੋੜ ਤੇ ਟਰੈਕਟਰ ਬੇਕਾਬੂ ਹੋ ਗਿਆ ਅਤੇ ਜਰਨੈਲ ਸਿੰਘ ਦੀ ਟਰੈਕਟਰ ਹੇਠਾਂ ਆਉਣ ਨਾਲ ਮੌਤ ਹੋ ਗਈ। ਘਟਨਾ ਦੇਰ ਰਾਤ ਦੀ ਦੱਸੀ ਜਾ ਰਹੀ ਹੈ, ਜਿਸ ਦਾ ਪਤਾ ਸਵੇਰੇ ਲੱਗਾ। ਉਦੋਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਘਟਨਾ ਦੀ ਵਜ੍ਹਾ ਧੁੰਦ ਦੱਸੀ ਜਾ ਰਹੀ ਹੈ। ਚੌਂਕੀ ਦੇ ਇੰਚਾਰਜ ਵਾਸਦੇਵ ASI ਨੇ ਪੁਲਿਸ ਪਾਰਟੀ ਸਣੇ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ। ਤੁਸੀਂ ਵੀ ਦੇਖੋ ਇਹ ਖੌਫਨਾਕ ਤਸਵੀਰਾਂ। ਅੱਜ ਸਵੇਰੇ ਨਾ 112 ਹੈਲਪਲਾਈਨ 'ਤੇ ਜਿਹੜੀ ਮੈਸੇਜ ਆਇਆ ਸੀ ਵੀ ਇੱਕ ਜਿਹੜੀ ਕਾਲਿਆਲ ਬੀਤ ਹੈ, ਇੱਕ ਟਰੈਕਟਰ ਟਰਾਲੀ ਦੇ ਕੋਲ ਡੈੱਡ ਬੋਡੀ ਪਈ ਹੈ, ਅਤੇ ਜਿੱਥੇ ਚੌਂਕੀ ਚਾਰਜ ਅਸੀਂ ਵਾਸਦੇਵ ਬਿੰਡੀਵਾਲ ਨੂੰ ਭੇਜਿਆ ਸੀ ਮੌਕੇ 'ਤੇ। ਜਿੱਥੇ ਉਹ ਮੁੰਡਾ ਜਰਨੈਲ ਸਿੰਘ ਪੁੱਤਰ ਸੁਰਜੀਤ ਸਿੰਘ ਸੀ, ਇਹ ਮਹਿਜਪੁਰ ਥਾਣਾ ਸਦਰ ਨੰਗਲ ਦਾ, ਜੋ ਖੁਦ ਡਰਾਈਵ ਕਰ ਰਿਹਾ ਸੀ ਆਪਣੇ ਟਰੈਕਟਰ ਟਰਾਲੀ 'ਤੇ, ਅਤੇ ਧੁੰਦ ਕਾਰਨ ਉਹ ਕੋਈ ਜੰਪ ਪੈਣ ਕਰਕੇ ਉਹ ਜਿਹੜਾ ਟਰੈਕਟਰ ਤੋਂ ਨੀਚੇ ਗਿਰ ਗਿਆ, ਜਿਹਦੇ ਉੱਪਰੋਂ ਟਰੈਲੀ ਲੰਘਣ ਨਾਲ ਉਹਦੀ ਮੌਤ ਹੋ ਗਈ ਸੀ। ਉਹਦੇ ਫਾਦਰ ਸੁਰਜੀਤ ਸਿੰਘ ਦੇ ਬਿਆਨਾਂ 'ਤੇ ਕਾਰਵਾਈ 184 CRPC ਕਰਕੇ ਜਿਹੜੀ ਲਾਸਟ ਬਾਅਦ ਪੋਸਟਮਾਰਟਮ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਪੈ ਰਹੀ ਅੱਤ ਦੀ ਧੁੰਦ ਵਿੱਚ ਟਰੈਕਟਰ ਟਰਾਲੀ ਹੇਠ ਇੱਕ ਨੌਜਵਾਨ ਆ ਗਿਆ, ਜਿਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਹ ਹਾਦਸਾ ਦੇਰ ਰਾਤ ਵਾਪਰਿਆ ਦੱਸਿਆ ਜਾ ਰਿਹਾ। ਤਸਵੀਰਾਂ ਦਿਲ ਨੂੰ ਦਹਿਲਾ ਦੇਣ ਵਾਲੀਆਂ ਨੇ, ਜੋ ਅਸੀਂ ਤੁਹਾਨੂੰ ਨਹੀਂ ਵਿਖਾ ਸਕਦੇ। ਜਿਸ ਤਰ੍ਹਾਂ ਨਾਲ ਹਾਦਸਾ ਹੋਇਆ ਹੈ, ਤੁਸੀਂ ਟਰੈਕਟਰ ਟਰਾਲੀ ਦੀ ਹਾਲਤ ਆਪ ਹੀ ਵੇਖ ਲਓ। ਤੁਹਾਨੂੰ ਦੱਸ ਦਈਏ ਕਿ ਜਰਨੈਲ ਸਿੰਘ 26 ਪੁੱਤਰ ਸੁਰਜੀਤ ਸਿੰਘ ਨਿਵਾਸੀ ਮਹਿਤਪੁਰ ਤਹਿਸੀਲ ਨੰਗਲ ਆਪਣਾ ਟਰੈਕਟਰ ਟਰਾਲੀ ਚਲਾ ਰਿਹਾ ਸੀ ਕਿ ਅਚਾਨਕ ਪਿੰਡ ਕਾਲੇਵਾਲ ਬੀਤ ਲਾਗੇ ਮੇਨ ਸੜਕ ਉੱਤੇ ਪੈਂਦੇ ਮੋੜ ਤੇ ਟਰੈਕਟਰ ਬੇਕਾਬੂ ਹੋ ਗਿਆ ਅਤੇ ਜਰਨੈਲ ਸਿੰਘ ਦੀ ਟਰੈਕਟਰ ਹੇਠਾਂ ਆਉਣ ਨਾਲ ਮੌਤ ਹੋ ਗਈ। ਘਟਨਾ ਦੇਰ ਰਾਤ ਦੀ ਦੱਸੀ ਜਾ ਰਹੀ ਹੈ, ਜਿਸ ਦਾ ਪਤਾ ਸਵੇਰੇ ਲੱਗਾ। ਉਦੋਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਘਟਨਾ ਦੀ ਵਜ੍ਹਾ ਧੁੰਦ ਦੱਸੀ ਜਾ ਰਹੀ ਹੈ। ਚੌਂਕੀ ਦੇ ਇੰਚਾਰਜ ਵਾਸਦੇਵ ASI ਨੇ ਪੁਲਿਸ ਪਾਰਟੀ ਸਣੇ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ। ਤੁਸੀਂ ਵੀ ਦੇਖੋ ਇਹ ਖੌਫਨਾਕ ਤਸਵੀਰਾਂ। ਅੱਜ ਸਵੇਰੇ ਨਾ 112 ਹੈਲਪਲਾਈਨ 'ਤੇ ਜਿਹੜੀ ਮੈਸੇਜ ਆਇਆ ਸੀ ਵੀ ਇੱਕ ਜਿਹੜੀ ਕਾਲਿਆਲ ਬੀਤ ਹੈ, ਇੱਕ ਟਰੈਕਟਰ ਟਰਾਲੀ ਦੇ ਕੋਲ ਡੈੱਡ ਬੋਡੀ ਪਈ ਹੈ, ਅਤੇ ਜਿੱਥੇ ਚੌਂਕੀ ਇੰਚਾਰਜ ਅਸੀਂ ਵਾਸਦੇਵ ਬਿੰਡੀਵਾਲ ਨੂੰ ਭੇਜਿਆ ਸੀ ਮੌਕੇ 'ਤੇ। ਜਿੱਥੇ ਉਹ ਮੁੰਡਾ ਜਰਨੈਲ ਸਿੰਘ ਪੁੱਤਰ ਸੁਰਜੀਤ ਸਿੰਘ ਸੀ, ਇਹ ਮਹਿਜਪੁਰ ਥਾਣਾ ਸਦਰ ਨੰਗਲ ਦਾ, ਜੋ ਖੁਦ ਡਰਾਈਵ ਕਰ ਰਿਹਾ ਸੀ ਆਪਣੇ ਟਰੈਕਟਰ ਟਰਾਲੀ 'ਤੇ, ਅਤੇ ਧੁੰਦ ਕਾਰਨ ਉਹ ਕੋਈ ਜੰਪ ਪੈਣ ਕਰਕੇ ਉਹ ਜਿਹੜਾ ਟਰੈਕਟਰ ਤੋਂ ਨੀਚੇ ਗਿਰ ਗਿਆ, ਜਿਹਦੇ ਉੱਪਰ ਟਰੈਲੀ ਲੰਘਣ ਨਾਲ ਉਹਦੀ ਮੌਤ ਹੋ ਗਈ ਸੀ। ਉਹਦੇ ਫਾਦਰ ਸੁਰਜੀਤ ਸਿੰਘ ਦੇ ਬਿਆਨਾਂ 'ਤੇ ਕਾਰਵਾਈ 184 CRPC ਕਰਕੇ ਜਿਹੜੀ ਲਾਸਟ ਬਾਅਦ ਪੋਸਟਮਾਰਟਮ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।